ਆਜ਼ਾਦੀ ਕਾ ਅਮਰਤ ਮਹਾotsਵ ਨੂੰ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਅੰਬਿਕਾ ਚੱਕਰਵਰਤੀ ਆਜ਼ਾਦੀ ਕੁਲਾਟੀਏ ਮੋਟੂਰੀ ਸਤਿਆਨਾਰਾਇਣ ਅਤੇ 1857 ਵਿੱਚ ਭਾਰਤ ਦੀ ਆਜ਼ਾਦੀ ਦੇ ਪਹਿਲੇ ਸੰਘਰਸ਼ ਵਿੱਚ ਸ਼ੇਸਾ ਲੈਣ ਵਾਲੇ ਦਿੱਲੀ ਦੇ ਸ਼ਹੀਦਾਂ ਬਾਲਮੁਕੰਤ ਖੁਦਾਬਖਸ਼ ਅਤੇ ਹਰਿਆਣਾ ਦੇ ਸ਼ਿਵ ਕੁਮਾਰ ਦੂਬੇ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਅੰਬਿਕਾ ਚੱਕਰਵਰਤੀ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਦੇਹਾਂਤ 6 ਮਾਰਚ 1962 ਨੂੰ ਹੋਇਆ ਸੀ ਉਹ ਭਾਰਤੀ ਰਿਪਬਲਿਕਨ ਆਰਮੀ ਦੇ ਮੈਂਬਰ ਸਨ ਜਿਸ ਦੀ ਅਗਵਾਈ ਮਾਸਟਰ ਦਾ ਸੂਰਿਆ ਸਿੰਘ ਕਰ ਰਹੇ ਸਨ ਬਾਅਦ ਵਿੱਚ ਉਹ ਚਟਗਾਓ ਜੁਗਾਂਤਰ ਪਾਰਟੀ ਦੇ ਮੈਂਬਰ ਬਣੇ ਅੰਬਿਕਾ ਚੱਕਰਵਰਤੀ ਨੇ 18 ਅਪ੍ਰੈਲ 1930 ਨੂੰ ਆਜ਼ਾਦੀ ਕੁਲਾਟੀਆਂ ਦੇ ਇੱਕ ਗਰੁੱਪ ਦੀ ਅਗਵਾਈ ਕੀਤੀ ਜਿਸ ਨੇ ਚਟਗਾਓ ਖੇਤਰ ਵਿੱਚ ਪੂਰੀ ਸੰਚਾਰ ਪ੍ਰਣਾਲੀ ਨੂੰ ਨੁਕਸਾਨਿਆ ਸੀ 22 ਅਪ੍ਰੈਲ 1930 ਨੂੰ ਜਲਾਲਾਬਾਦ ਵਿੱਚ ਬ੍ਰਿਟਾਨਵੀ ਭਾਰਤੀ ਫੌਜ ਦੇ ਨਾਲ ਹੋਏ ਮੁਕਾਬਲੇ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਪਰ ਭੱਜਣ 'ਚ ਕਾਮਯਾਬ ਰਹੇ ਸਨ ਕੁਝ ਮਹੀਨਿਆਂ ਬਾਅਦ ਅੰਬਿਕਾ ਚੱਕਰਵਰਤੀ ਨੂੰ ਬਰਤਾਨਵੀ ਪੁਲਿਸ ਨੇ ਉਹਨਾਂ ਦੇ ਲੁਕਣ ਟਿਕਾਣੇ ਤੋਂ ਗ੍ਰਿਫਤਾਰ ਕਰ ਲਿਆ। ਉਹਨਾਂ ਤੇ ਮੁਕੱਦਮਾ ਚਲਾਇਆ ਗਿਆ ਜਿਸ ਦੌਰਾਨ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬਾਅਦ ਵਿੱਚ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਅਤੇ ਉਹਨਾਂ ਨੂੰ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਅੰਬਿਕਾ ਚੱਕਰਵਰਤੀ ਨੇ ਸਿਆਸਤ ਵਿੱਚ ਦਾਖਲਾ ਹਾਸਲ ਕੀਤਾ ਅਤੇ 1962 ਵਿੱਚ ਆਪਣੀ ਮੌਤ ਤੱਕ ਲੋਕਾਂ ਦੀ ਸੇਵਾ ਜਾਰੀ ਰੱਖੀ ਅਸੀਂ ਇਸ ਮਹਾਨ ਰਾਸ਼ਟਰਵਾਦੀ ਨੂੰ ਸਲਾਮ ਕਰਦੇ ਹਾਂ ਅਸੀਂ ਆਜ਼ਾਦੀ ਕੋਲਾਟੀਏ ਮੋਟੂਰੀ ਸਤਿਆਨਾਰਾਇਣ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਦੇਹਾਂਤ 6 ਮਾਰਚ 1995 ਨੂੰ ਹੋਇਆ ਸੀ ਇੱਕ ਉਤਸ਼ਾਹੀ ਗਾਂਧੀਵਾਦੀ ਮੋਟੂਰੀ ਨੇ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਸੀ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਮੋਟੂਰੀ 1948 ਤੋਂ 50 ਤੱਕ ਸੰਵਿਧਾਨ ਸਭਾ ਦੇ ਮੈਂਬਰ ਰਹੇ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੀ ਭਾਸ਼ਾ ਸੈਕਸ਼ਨ ਕਮੇਟੀ ਦੇ ਮੈਂਬਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਮੋਟੂਰੀ ਨੂੰ ਦੋ ਵਾਰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਉਹ ਮਦਰਾਸ ਵਿਧਾਨ ਪਰਿਸ਼ਦ ਅਤੇ ਭਾਰਤ ਸਰਕਾਰ ਦੇ ਸਿੱਖਿਆ ਸੰਬੰਧੀ ਕੇਂਦਰੀ ਸਲਾਹਕਾਰ ਬੋਰਡ ਦੇ ਮੈਂਬਰ ਵੀ ਸਨ ਮੋਟੂਰੀ ਨੇ 1936 ਤੋਂ 1961 ਤੱਕ ਦੱਖਣੀ ਭਾਰਤ ਵਿੱਚ ਹਿੰਦੀ ਭਾਸ਼ਾ ਨੂੰ ਹੱਲਾਸ਼ੇਰੀ ਦੇਣ ਲਈ ਵੱਧ ਚੜਕੇ ਕੰਮ ਕੀਤਾ ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ 'ਚ ਸ਼ਾਮਲ ਹੋਏ ਅਤੇ ਕੁਝ ਸਮੇਂ ਤੱਕ ਸੰਗਠਨ ਦੇ ਸਕੱਤਰ ਅਤੇ ਮਗਰੋਂ ਪ੍ਰਧਾਨ ਸਕੱਤਰ ਬਣੇ ਉਹ ਹਿੰਦੀ ਪ੍ਰਚਾਰਕ ਹਿੰਦੀ ਪ੍ਰਚਾਰ ਸਮਾਚਾਰ ਅਤੇ ਦੱਖਣੀ ਭਾਰਤ ਦੇ ਸੰਪਾਦਕ ਸਨ ਉਹਨਾਂ ਨੇ ਮਦਰਾਸ ਦੀ ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ ਸਮੇਤ ਪੂਰੇ ਭਾਰਤ 'ਚ ਕਈ ਸੰਸਥਾਵਾਂ ਦਾ ਗਠਨ ਕੀਤਾ ਉਹ ਮਦਰਾਸ ਅਤੇ ਹైదరాబాద్ ਦੀ ਤੇਲਗੂ ਭਾਸ਼ਾ ਕਮੇਟੀ ਦੇ ਸੰਸਥਾਪਕ ਸਕੱਤਰ ਵੀ ਰਹੇ ਮੋਟੂਰੀ ਨੂੰ 1954 ਵਿੱਚ ਪਦਮਸ਼੍ਰੀ ਅਤੇ 1962 ਵਿੱਚ ਪਦਮਪੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ ਆਂਧਰਾ ਯੂਨੀਵਰਸਿਟੀ ਨੇ ਉਹਨਾਂ ਨੂੰ 1977 ਵਿੱਚ ਕਲਾ ਪਰਪੂਰਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਇਸ ਮਹਾਨ ਭਾਰਤੀ ਨੂੰ ਸਾਡਾ ਨਮਨ ਅਸੀਂ ਦਿੱਲੀ ਦੇ ਸ਼ਹੀਦਾਂ ਬਾਲਮਕੰਦ ਅਤੇ ਖੁਦਾਬਖਸ਼ ਅਤੇ ਹਰਿਆਣਾ ਦੇ ਸ਼ਿਵ ਗੁਲਾਮ ਦੂਬੇ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ 1857 ਵਿੱਚ ਭਾਰਤ ਦੀ ਆਜ਼ਾਦੀ ਦੇ ਪਹਿਲੇ ਸੰਘਰਸ਼ ਵਿੱਚ ਹਿੱਸਾ ਲਿਆ ਸੀ ਇਹਨਾਂ ਨੂੰ 6 ਮਾਰਚ 1858 ਨੂੰ ਫਾਂਸੀ ਦੇ ਦਿੱਤੀ ਗਈ ਸੀ ਅਸੀਂ ਭਾਰਤ ਦੇ ਇਹਨਾਂ ਮਹਾਨ ਸਪੂਤਾਂ ਨੂੰ ਸਲਾਮ ਕਰਦੇ ਹਾਂ